ਇੱਕ ਦਿਨ ਦੇ ਲਈ ਸਕੂਲਾਂ ਦਾ ਸਮਾਂ ਬਦਲ ਗਿਆ ਏ। ਅਸ਼ਟਮੀ ਵਾਲੇ ਦਿਨ ਨਹੀਂ ਹੋਵੇਗੀ ਸਕੂਲਾਂ ਦੀ ਛੁੱਟੀ। ਵੱਡੀ ਖਬਰ ਹੈ, ਬੱਚਿਆਂ ਦੇ ਨਾਲ ਜੁੜੀ ਹੋਈ, ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਅਹਿਮ ਅਤੇ ਵੱਡੀ ਖਬਰ ਹੈ। ਕੱਲ ਯਾਨੀ ਕਿ 16 ਅਪ੍ਰੈਲ ਨੂੰ ਅਸ਼ਟਮੀ ਹੈ, ਜਿਸ ਦਿਨ ਸਾਰੇ ਸਕੂਲਾਂ ਦਾ ਸਮਾਂ ਬਦਲ ਗਿਆ ਏ। ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਏ। ਦਰਅਸਲ 16 ਅਪ੍ਰੈਲ ਨੂੰ ਅਸ਼ਟਮੀ ਵਾਲੇ ਦਿਨ ਜਿਹੜੇ ਬੱਚੇ ਨੇ, ਅਧਿਆਪਕ ਨੇ, ਔਰਤਾਂ ਖਾਸ ਕਰਕੇ ਜਿਹੜੇ ਮਹਿਲਾ ਅਧਿਆਪਕ ਹੁੰਦੇ ਨੇ, ਉਹਨਾਂ ਨੇ ਘਰ ਦੇ ਵਿੱਚ ਪਾਠ ਪੂਜਾ ਕਰਨੀ ਹੁੰਦੀ ਹੈ ਅਤੇ ਬੱਚਿਆਂ ਨੇ ਵੀ ਆਂਢ ਗੁਆਂਢ ਦੇ ਵਿੱਚ ਅਸ਼ਟਮੀ ਮੌਕੇ, ਜਿਹਨੂੰ ਅਸੀਂ ਆਸਾਨ ਭਾਸ਼ਾ ਦੇ ਵਿੱਚ ਕੰਜਕਾਂ ਕਹਿ ਦਿੰਦੇ ਹਾਂ, ਉੱਥੇ ਜਾਣਾ ਹੁੰਦਾ ਹੈ। ਇਸ ਕਰਕੇ ਸਿੱਖਿਆ ਵਿਭਾਗ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਅਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਸਾਰੇ ਪ੍ਰਾਈਵੇਟ ਸਰਕਾਰੀ ਸਕੂਲ ਜਿੰਨੇ ਵੀ ਨੇ ਉਹ 10 ਵਜੇ ਲੱਗਣਗੇ ਅਤੇ 2:30 ਵਜੇ ਉਹਨਾਂ ਦੀ ਛੁੱਟੀ ਹੋ ਜਾਵੇਗੀ। ਤਾਂ ਸਕੂਲਾਂ ਦੇ ਨਾਲ ਜੁੜੀ ਹੋਈ ਅਹਿਮ ਅਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 16 ਅਪ੍ਰੈਲ ਨੂੰ ਅਸ਼ਟਮੀ ਹੈ ਅਤੇ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਬੱਚਿਆਂ ਨੂੰ ਇਸ ਦਾ ਇਤਿਹਾਸ ਦੱਸਿਆ ਜਾਵੇ ਕਿ ਅਸ਼ਟਮੀ ਦਾ ਇਤਿਹਾਸ ਕੀ ਹੈ। ਤੁਹਾਨੂੰ ਦੱਸਦੇ ਹਾਂ ਕਿ ਅਸ਼ਟਮੀ ਵਾਲੇ ਦਿਨ ਮਾਂ ਦੁਰਗਾ ਨੇ ਰਾਕਸ਼ਸ ਚੰਡ ਅਤੇ ਮੁੰਡ ਦਾ ਵੱਧ ਕੀਤਾ ਸੀ ਅਤੇ ਇਸੇ ਕਰਕੇ ਇਸ ਦਿਨ ਨੂੰ ਅਸ਼ਟਮੀ ਦੇ ਨਾਂ 'ਤੇ ਮਨਾਉਂਦੇ ਨੇ, ਅਤੇ ਨਵਮੀ ਨੂੰ ਮਹਿਸ਼ਾਸੁਰ ਦਾ ਵੱਧ ਕੀਤਾ ਸੀ ਮਾਂ ਦੁਰਗਾ ਨੇ। ਤਾਂ ਕਰਕੇ ਇਸ ਮਹੀਨੇ ਨੂੰ, ਇਸ ਇਹਨਾਂ ਦਿਨਾਂ ਨੂੰ ਕਾਫੀ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸੇ ਨੂੰ ਲੈ ਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਬਾਰੇ ਦੱਸਣਾ ਕਾਫੀ ਜ਼ਰੂਰੀ ਹੈ। ਤਾਂ ਮਾਪਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜ਼ਰੂਰ ਦੱਸੋ। ਅਤੇ ਇਸੇ ਨੂੰ ਲੈ ਕੇ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ, ਇੱਕ ਨੋਟਿਸ ਵੀ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਸਾਰੇ ਸਕੂਲਾਂ ਦਾ ਸਮਾਂ, ਹਰਿਆਣੇ ਦੇ ਸਾਰੇ ਸਕੂਲਾਂ ਦਾ ਸਮਾਂ 10 ਵਜੇ ਹੋ ਗਿਆ ਹੈ ਅਤੇ 2:30 ਵਜੇ ਇਸ ਦੀ ਛੁੱਟੀ ਹੋਵੇਗੀ। ਤਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ। ਤਾਂ ਕੱਲ੍ਹ ਯਾਨੀ ਕਿ ਅਸ਼ਟਮੀ ਵਾਲੇ ਦਿਨ ਸਕੂਲਾਂ ਨੂੰ ਛੁੱਟੀ ਨਹੀਂ ਹੋਵੇਗੀ।